ਬਿਮਾਰੀ ਦਾ ਤੁਸੀਂ ਇਲਾਜ ਕਰਾਇਆ ਇੱਥੇ? ਮੇਰਾ ਨਾਮ ਪ੍ਰਭਜੋਤ ਸਿੰਘ, ਮੈਂ ਹੁਸ਼ਿਆਰਪੁਰ ਤੋਂ, ਡਿਸਟ੍ਰਿਕਟ ਪਿੰਡ ਫਗਲਾਣੇ ਤੋਂ। ਕੀ ਪ੍ਰੋਬਲਮ ਸੀ ਤੁਹਾਨੂੰ? ਮੇਰੇ ਮਾਤਾ ਜੀ ਹੋਣੀ ਸੀਗੇ। ਅੱਛਾ। ਅਤੇ ਉਹਨਾਂ ਨੂੰ ਨਾ ਸ਼ੂਗਰ ਦੀ ਬਹੁਤ ਯਾਨੀ ਕਿ ਬਿਮਾਰੀ ਸੀਗੀ, ਬੀ ਪੀ ਵੀ ਘੱਟਦਾ ਵੱਧਦਾ ਸੀਗਾ ਅਤੇ ਗੋਡਿਆਂ ਦਰਦਾ ਵੀ ਹੁੰਦੀ ਸੀ। ਪਹਿਲੇ ਵੀ ਕਿਤੇ ਦਵਾਈ ਖਾਂਦੇ ਸੀ? ਹਾਂਜੀ, 6-7 ਸਾਲ ਤੋਂ ਕੋਈ ਜਗ੍ਹਾ ਨਹੀਂ ਛੱਡੀ, ਜਿੱਦਾਂ ਇੱਥੋਂ ਤੱਕ ਹਿਮਾਚਲ ਤੋਂ ਵੀ, ਧਰਮਸ਼ਾਲਾ ਤੋਂ ਅੱਗੇ ਵੀ ਦਵਾਈ ਲਿਆਂਦੀ, ਪਰ ਹੁਣ ਜਦ ਦੀ ਇੱਥੋਂ 1 ਮਾਰਚ ਤੋਂ ਸਟਾਰਟ ਕੀਤੀ ਹੈ ਦਵਾਈ, ਉਹ 2 ਵਾਰੀ ਪਾਉਂਦੇ ਆ, ਸਵੇਰ ਨੂੰ ਪਾਉਂਦੇ ਆ, ਸ਼ਾਮ ਨੂੰ ਪਾਉਂਦੇ ਆ, ਖਾਣਾ ਖਾਣ ਤੋਂ ਬਾਅਦ, ਤਾਂ ਬਿਲਕੁਲ ਆਰਾਮ ਆ ਜੀ। ਠੀਕ ਹੈ। ਹਾਂਜੀ, ਕੀ ਕਹਿਣਾ ਚਾਹੋਗੇ ਹੋਰ ਵੀ ਪਬਲਿਕ ਨੂੰ? ਸਾਰਿਆਂ ਨੂੰ ਇਹ ਦੱਸਦੇ ਆ ਵੀ ਇੱਥੇ ਕਨੌਲੀ ਵੱਡ ਕੋਲ ਵਧੀਆ ਇਹ ਬੂੰਦਾਂ ਵਾਲੀ ਦਵਾਈ ਮਿਲਦੀ ਹੈ, ਧੁੰਨੀ 'ਚ ਪਾਉਣ ਨੂੰ, ਤੁਸੀਂ ਲੈ ਕੇ ਜਾਓ ਤਾਂ ਆਪਣਾ ਟ੍ਰੀਟਮੈਂਟ ਸਹੀ ਤਰੀਕੇ ਨਾਲ ਕਰੋ।